ਅੰਦਰ ਬੈਠੇ ਮੈਂ ਮੋਟੇ ਮੈਂ ਕਿਸੇ ਦੇ ਘਰੇ ਆ ਮੱਝ ਖੁੱਲ ਗਈ ਬੰਨ ਗਿਆ ਜੀ ਕਰ ਲਾ ਕੋਈ ਕੰਮ ਧੰਦਾ ਫੋਨ ਚ ਲੱਗਾ ਹੱਡ ਪੈਰ ਖਿਲਾਰ ਦਿੰਦੀ ਹੈ ਬੰਦੇ ਦੇ ਵਿਆਹ ਕਰਾ ਦੋ ਫਿਰ ਪਹਿਲਾਂ ਵਿਆਹ ਕਰਾ ਦੋ ਜਾ ਹਾਂਜੀ ਗਾਇਸ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਅਤੇ ਮੈਂ ਹੋਪ ਕਰਦਾ ਹੋ ਸਾਰੇ ਠੀਕ ਹੋਵੋਗੇ। ਸੋ ਅੱਜ ਆਪਾਂ ਗੱਲ ਕਰਦੇ ਹਾਂ ਗੁਰਸ਼ਰਨ ਸੰਧੂ ਅਤੇ ਬਲਕਰਨ ਸੰਧੂ ਦੀ। ਸੋ ਅੱਜ ਜਿੱਦਾਂ ਕਿ ਤੁਹਾਨੂੰ ਪਤਾ ਹੋਣਾ ਗੁਰਸ਼ਰਨ ਸੰਧੂ ਅਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ 'ਤੇ। ਸੋ ਅੱਜ ਜਿੱਦਾਂ ਕਿ ਉਹਨਾਂ ਕੁਝ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ 'ਤੇ। ਸੋ ਅੱਜ ਆਓ ਤੁਹਾਨੂੰ ਦਿਖਾਉਂਦੇ ਹਾਂ ਸਟੋਰੀ ਗਾਇਸ, ਵੀਡੀਓ ਨੂੰ ਐਡ ਤੱਕ ਜ਼ਰੂਰ ਦੇਖਿਓ। ਕਰ ਲਾ ਕੋਈ ਕੰਮ ਧੰਦਾ ਫੋਨ 'ਚ ਲੱਗਾ ਕੰਮ ਧੰਦੇ ਕਰ ਲੈ ਸਾਰੇ ਚੱਲ ਪਈ ਮਸ਼ੀਨ ਕੀ ਹੋਇਆ ਕਿਹਨੇ ਚਲਾਈ ਚੱਕ ਮੈਲ ਜੰਮੀ ਹੋਣੀ ਵਿੱਚ ਉਹਦੇ ਫਿਰ ਛੱਡਦੇ ਨੂੰ ਰਜਾਈ ਨੂੰ ਚੰਦਰਿਆ ਛੱਡਦੇ ਇਹ ਪਤਾ ਕਿੱਡੀ ਵੈਰ ਨੇ ਆ ਸਿਆਲਾਂ ਦੇ ਵਿੱਚ ਇਹ ਪਤਾ ਕਿੱਡੀ ਵੈਰ ਨੇ ਆ ਲਵ ਯੂ ਮਾਈ ਰਜਾਈ ਤੇ ਮੈਂ ਠੀਕ ਆ ਨਾ ਸਿੰਗਲ ਬੰਦੇ ਲਈ ਤਾਂ ਇਹ ਕਮਲਿਆ ਜਨਾਨੀ ਦਾ ਹੀ ਕੰਮ ਕਰ ਜਾਂਦੀ ਆ ਤੇ ਮੈਂ ਫਿਰ ਤਾਂ ਤੈਨੂੰ ਸਹੀ ਦੱਸਾਂ ਇਹ ਐਡੀ ਵੈਰ ਨਾ ਉੱਠਣ ਨਹੀਂ ਦਿੰਦੀ ਬੰਦੇ ਨੂੰ ਆਲਸੀ ਕਰ ਦਿੰਦੀ ਬੰਦੇ ਨੂੰ ਗੋਡਿਆਂ ਤੋਂ ਜਾਮ ਕਰ ਦਿੰਦੀ ਹੱਡ ਪੈਰ ਖਿਲਾਰ ਦਿੰਦੀ ਹੈ ਬੰਦੇ ਦੇ ਵਿਆਹ ਕਰਾ ਦਿਓ ਫਿਰ ਪਹਿਲਾਂ ਵਿਆਹ ਕਰਾ ਦਿਓ ਜਾ ਬੈਠੀਆਂ ਵਿਧੀਆਂ ਬਾਹਰ ਉਹਨਾਂ ਨੂੰ ਕਹਿ ਮੈਂ ਤੇਰਾ ਵਿਆਹ ਕਰਨਾ ਵਿਚੋਲਾ ਬੰਨਾ ਗਾ ਤੇਰਾ ਇੰਨਾ ਵੱਡਾ ਹੋ ਗਿਆ ਮੈਨੂੰ ਵੇਚਣਾ ਨਹੀਂ ਉਹ ਕਹਿੰਦੀ ਸ਼ਰੀਫ ਮੁੰਡੇ ਪੜਦੇ 'ਚ ਵਲੇਟ ਕੇ ਰੱਖੀ ਦੇ ਮਾਤਾ ਹੋਣੀ ਕਹਿੰਦੇ ਮੈਨੂੰ ਨਹੀਂ ਲਵੇੜ ਮੈਂ ਆਪੇ ਖਿਲਰ ਜਾਣਾ ਆਪੇ ਬਾਹਰ ਜਾ ਕੇ ਮੁੜ ਕੇ ਕੋਈ ਚੰਦ ਮੈਂ ਚਾੜਦੇ ਕੋਈ ਨੀ ਧਰਤੀ ਕੋ ਦੋ ਦੋ ਹੋ ਜਾਣਗੇ ਵਾਹ ਮੋਟੇ ਨੂੰ ਵੇਖਣ ਇੰਨੇ ਬੰਦੇ ਆਏ ਮੋਟਾ ਪੱਠੇ ਕੁਤਰਦਾ ਆ ਸਪੀਡ ਜ਼ਿਆਦੀ ਆ ਟੋਕੇ ਦੀ ਮੋਟਾ ਇਕੱਲਾ ਆ ਕੀ ਕਰੇ ਮੈਂ ਲਿਆ ਚੱਲ ਚੱਲ ਮੋਟੇ ਖੇਚਦੇ ਖੇਚਦੇ ਤੇ ਬੰਤ ਨੇ ਚੱਕਰ ਸਿੱਧ ਕੀਤੇ ਆ ਕਿਉਂਕਿ ਅਸੀਂ ਤਾਂ ਪੁੱਠਾ ਪੁੱਠਾ ਹੀ ਚੱਲੀ ਹੁੰਦਾ ਤੇ ਇਹਨਾਂ ਨੇ ਸਾਰਾ ਵੈਲਡ ਕੀਤਾ ਸੌਖੀ ਹੋਣਾ ਨੇ ਗੁਰਦੀਪ ਵੇਖ ਕੇ ਬੱਸ ਉਵੇਂ ਹੀ ਹਾਂ ਆਵਾ ਮੋਟੇ ਉਹਨਾਂ ਦਾ ਵਾਪਸ ਦੇ ਕੇ ਆਉਣਾ ਇਹਨੇ ਰੁਕਣੀ ਨੀ ਗੀ ਵਾਕਈ ਇਹਦਾ ਉਂਗਲਾ ਦੇ ਚਾਰ ਟੋਟੇ ਕਰੂ ਵਾਹੜਾ ਮਿੱਤਰ ਓਏ ਹੋਏ 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 ਮੈਂ ਅੰਦਰ ਬੈਠੇ ਮੈਂ ਕਿਹਾ ਮੋਟੇ ਮੈਂ ਕਿਸੇ ਦੇ ਘਰੇ ਆ ਮੱਝ ਖੁੱਲ ਗਈ ਬੰਨ ਗਿਆ ਜੀ ਇਹਨੂੰ ਥਾਂ ਲੱਭੂਗੀ ਕਿ ਨਹੀਂ ਪਤਾ ਆਹ ਜਿਹੜਾ ਨਜ਼ਾਰਾ ਮਿੱਤਰੋ ਆਨੰਦ ਲੈ ਲੈਂਦੇ ਨਾ ਆਹ ਆਨੰਦ ਇਹਨੂੰ ਕਿੱਲ ਨਹੀਂ ਲੱਭਣਾ ਜੇ ਤੇ ਪੂਛ ਪਾਛ ਮਾਰਤੀ ਨੇ ਗਾਲਾਂ ਕੱਢਣ ਲੱਗ ਪਈ ਮਿੱਤਰੋ ਆਹ ਜਿਹੜੇ ਆਨੰਦ ਆ ਨਾ ਕਿੱਲ ਨਹੀਂ ਲੱਭਦਾ ਪਿਆ ਇਹ ਇਹਨਾਂ ਚੀਜ਼ਾਂ ਦੇ ਮਿਲ ਹੀ ਜਾਣੇ ਆ ਇਹ ਮੇਰੀ ਸਨੈਪਚੈਟ ਵੈਰੀ ਗੁੱਡ ਹੋ ਗਈ ਅੱਜ ਹਾਂਜੀ ਗਾਇਜ਼ ਤੁਸੀਂ ਦੇਖ ਹੀ ਲਓ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਇੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ।